लुधियाना जिले के हलका खन्ना दे विच मंगलवार देर रात एक तेज रफ्तार महिंद्रा पिकअप गड्डी ने एक मोटरसाइकिल नूं टक्कर मार दिती है। इस हादसे दे विच मोटरसाइकिल सवार नौजवान की मौत हो गई है। इस दे नाल ही मोटरसाइकिल नूं टक्कर मारन मगरों पिकअप गड्डी भी पलट गई है और ड्राइवर नूं मामूली सट्टां वज्जियां ने। दस दईए कि पिकअप गड्डी विच शराब की बोतल मिली है, जिस कारण दस्सिया जा रहा है कि ड्राइवर ने शराब पीती हुई सी अते इसे कारण ही हादसा वापरिया है। दूजे पासे हादसे दे विच मरन वाला 24 साला साहिल दो भैणां दा इकलौता भरा सी। पिता दी पहला ही मौत हो चुकी सी अते साहिल परिवार दा इको सहारा सी। दस्सिया जा रहा है कि साहिल विदेश जाण दी तैयारी कर रहा सी पर देर रात मंगलवार नूं दोस्त नाल पार्टी ते गया सी। ओह देर रात खन्ना तों मोटरसाइकिल लै के घर जा रहा सी पर रस्ते विच हादसे दा शिकार हो गया। ਗਗਨਦੀਪ ਸਿੰਘ ਜੀ, ਕੀ ਹਾਦਸਾ ਕੀ ਹੋਇਆ ਜੀ? ਅਸੀਂ ਐਮ ਕੇ ਰੋਡ ਦੇ ਉੱਤੇ ਜਾ ਰਹੇ ਸੀ ਦੋਨੋਂ ਜਾਣੇ। ਇਹ ਮੇਰੇ ਬਿਲਕੁਲ ਨਾਲ ਸੀ, ਮੈਂ ਐਕਟਿਵਾ 'ਤੇ ਅਤੇ ਇਹ ਮੋਟਰਸਾਈਕਲ 'ਤੇ ਸੀ। ਸਾਹਮਣੇ ਤੋਂ ਗੱਡੀ ਆਈ ਹੈ ਜੀ, ਬਿਲਕੁਲ ਸਾਡੇ ਰੋਂਗ ਸਾਈਡ ਆ ਕੇ ਵਿੱਚ ਲੱਗੀ ਇਹਦੇ ਮੁੰਡੇ ਦੇ ਅਤੇ ਇਹਨੂੰ ਫਿਰ ਕਾਫੀ ਸੱਟਾਂ ਸੁੱਟਣ ਲੱਗੀਆਂ ਥੋੜ੍ਹਾ ਜਲਦੀ। ਹਾਲ ਠੀਕ ਹੈ ਜੀ? ਕੀ ਕੀਤਾ ਇਹਨਾਂ ਨੇ? ਇਹਨਾਂ ਨੇ ਜੀ ਹੁਣ ਇੱਥੋਂ ਆਪਣੇ ਵੱਲੋਂ ਥੋੜ੍ਹੀ ਮੁੱਢਲੀ ਸਹਾਇਤਾ ਦੇ ਕੇ ਅੱਗੇ ਡੀ ਐਮ ਸੀ ਰੈਫਰ ਕਰਤਾ। ਕਿਹੜੀ ਗੱਡੀ ਸੀ ਜੀ ਜਿਹਨੇ ਟੱਕਰ ਮਾਰੀ? ਬਲੈਰੋ ਗੱਡੀ ਦੀ ਜੀ। ਉਹ ਗੱਡੀ ਵਾਲਾ ਠੀਕ ਆ ਜੀ ਬੰਦਾ? ਗੱਡੀ ਵਾਲੇ ਦੇ ਤਾਂ ਹਾਂਜੀ ਠੀਕ ਆ, ਥੋੜ੍ਹੀ ਜਿਹੀ ਮਾਮਲੀ ਉਹ ਬਾਂਹ ਦੇ ਉੱਤੇ ਹੀ ਸੱਟ ਲੱਗੀ ਹੈ ਜੀ ਉਹਦੇ। ਕਿਆ ਕਾ ਤੁਹਾਨੂੰ ਲੱਗਦਾ ਕੋਈ ਨਸ਼ਾ ਨੁਸ਼ਾ ਵੀ ਕੀਤਾ ਜੀ ਗੱਡੀ? ਹਾਂ ਗੱਡੀ ਕਹਿੰਦੇ ਨੇ ਜੀ, ਅਸੀਂ ਚੈੱਕ ਕੀਤੀ ਹੈ ਵੀ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਪਈ ਸੀ। ਗੱਡੀ ਪਲਟੀ ਵੀ? ਗੱਡੀ ਹਾਂਜੀ ਲੱਗੀ ਕਾਫੀ ਜ਼ੋਰ ਨਾਲ ਆ ਅਤੇ ਤੇਜ਼ ਬਹੁਤ ਸੀ ਅਤੇ ਗੱਡੀ ਉਹ ਤੋਂ ਸੰਭਲੀ ਨਹੀਂ, ਫਿਰ ਗੱਡੀ ਪਲਟ ਗਈ। ਕੀ ਨਾਮ ਹੈ ਜੀ? ਕੀ ਨਾਮ ਹੈ? ਕਿਹਨਾਂ ਦਾ ਜੀ? ਜਿਹਦਾ ਬੰਦੇ ਸੱਟ ਲੱਗੀ? ਇਹਦਾ ਸਾਹਿਲ ਜੀ ਮੁੰਡੇ ਦਾ। ਤੁਸੀਂ ਉਮਰ ਕਿੰਨੀ? ਉਮਰ ਮੰਨ ਕੇ ਚੱਲੋ ਜੀ ਤੁਸੀਂ 24-25 ਸਾਲ ਦੇ। ਇਹ ਮਾਜਰੀ ਹੈ ਜੀ, ਸੂਲੜੇ ਕੋਲ ਮਾਜਰੀ ਪਿੰਡ ਹੈ ਜੀ। ਸਰ ਆਪਣੇ ਪਾਸ ਹੁਣ ਤੋਂ ਤਕਰੀਬਨ 2 ਘੰਟੇ ਪਹਿਲਾਂ, 1.5 ਘੰਟੇ ਪਹਿਲਾਂ ਇੱਕ ਪੇਸ਼ੈਂਟ ਲੈ ਕੇ ਆਏ ਸੀਗੇ, ਸਾਹਿਲ ਨਾਮ ਦਾ, 24 ਈਅਰਸ ਮੇਲ ਹੈ। ਉਹਦੇ ਵੀ ਐਕਸੀਡੈਂਟ ਹੋਇਆ ਹੈ ਨਾ, ਅਤੇ ਜਦੋਂ ਪੇਸ਼ੈਂਟ ਲੈ ਕੇ ਆਏ ਸੀ ਆਪਣੇ ਪਾਸ ਕਾਫੀ ਸੱਟਾਂ ਸੀ ਉਹਦੇ, ਜਿਵੇਂ ਉਹਦੇ ਹੈਡ ਇੰਜਰੀ ਵੀ ਹੈ, ਮੱਥੇ 'ਤੇ ਕਾਫੀ ਲੈਸਰੇਸ਼ਨ ਸੀਗੀਆਂ, ਬਸ ਸੂਚਰਿੰਗ ਵਗੈਰਾ ਕਰੀ ਉਹਦੇ, ਅਤੇ ਫਿਰ ਉਹਦਾ ਆਰਮ ਵੀ ਫ੍ਰੈਕਚਰ ਲੱਗ ਰਹੀ ਹੈ, ਸਪਰਿੰਟ ਲਗਾਇਆ ਉੱਥੇ, ਥਾਈ ਫ੍ਰੈਕਚਰ ਲੱਗ ਰਿਹਾ ਹੈ ਨਾ। ਪੇਸ਼ੈਂਟ ਪੂਰਾ ਕੌਨਸ਼ੀਅਸ ਵੀ ਨਹੀਂ ਸੀਗਾ ਅਤੇ ਕਾਫੀ ਇੰਜਰੀ ਸੀਗੀ ਉਹਦੇ, ਲਾਈਕ ਕਾਫੀ ਸਿੱਕ ਸੀਗਾ ਪੇਸ਼ੈਂਟ ਜਦੋਂ ਆਇਆ ਆਪਣੇ ਪਾਸ। ਅਤੇ ਆਪਾਂ ਉਹਨੂੰ ਫਸਟ ਏਡ ਦੇ ਕੇ ਫਰੂਟ ਵਗੈਰਾ ਸਟਾਰਟ ਕਰਕੇ ਉਹ ਫਰਦਰ ਆਪਾਂ ਅੱਗੇ ਉਹਨੂੰ ਹਾਇਰ ਇੰਸਟੀਟਿਊਟ 'ਚ ਰੈਫਰ ਕਰਤਾ ਹੈ ਪੇਸ਼ੈਂਟ, ਬਟ ਹੈ ਸਿੱਕ, ਸਿੱਕ ਸੀ, ਕਾਫੀ ਸਿੱਕ ਸੀ ਪੇਸ਼ੈਂਟ। ਪੇਸ਼ੈਂਟ ਨਾਮ ਸਾਹਿਲ ਹੈ ਜੀ, 24 ਸਾਲ ਏਜ ਹੈ, ਖੰਨੇ ਦੇ ਹੀ ਰਹਿਣ ਵਾਲੇ ਨੇ ਅਤੇ ਹੈਵੀ ਯੰਗ ਏਜ ਆ ਮੁੰਡੇ ਦੀ। ਅਤੇ ਬਾਕੀ ਪੇਰੈਂਟਸ ਵਗੈਰਾ ਆ ਗਏ ਸੀਗੇ, ਉਹਨਾਂ ਦੇ ਮਦਰ ਆ ਗਏ ਸੀਗੇ ਅਤੇ ਉਹਨਾਂ ਨੂੰ ਆਪਾਂ ਰੈਫਰ ਕਰਤਾ ਐਂਬੂਲੈਂਸ ਦੇ ਵਿੱਚ, ਅੱਗੇ ਲੈ ਗਏ ਨੇ ਉਹਨਾਂ ਨੂੰ। ਡਾਕਟਰ ਜੱਸਲ ਹੋਰਾਂ ਨੇ ਦੱਸਿਆ ਕਿ ਉਸਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਸੀ ਅਤੇ ਉੱਚ ਕੇਂਦਰ ਲਈ ਰੈਫਰ ਵੀ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ ਹੈ। ਹਕੀਕੀ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ।